ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਮੁੰਜੀ ਦੀ ਵੀਡੀਓ ਬਣਾਉਣ ਲੱਗੇ ਆ। ਸੋ ਸਾਡੀ ਮੁੰਜੀ ਪੀਅਰ ਦੀ ਵੈਰਾਈਟੀ ਹੈ। ਬਿਮਾਰੀ ਹੈ ਇਸ ਟਾਈਮ ਕੋਈ ਨਹੀਂ। ਮੈਂ ਇਹਦੇ ਵਿੱਚ ਦੋ ਵਾਰੀ ਐਤਕਾ ਕੈਲਡਨ ਪਾਈ ਸੀ। ਸੋ ਸਪਰੇ ਨਿਸਰਗੀ ਜਿਵੇਂ 40% ਤਾਂ ਸਪਰੇ ਮੇਰੀ ਸਲਾਹ ਸਵੇਰੇ ਕਰਾ ਦਿੰਦੇ ਹਾਂ ਕਿਉਂਕਿ ਗੁਆਂਢੀਆਂ ਨੇ ਕਰਾ ਲਈਆਂ ਨੇ ਸਾਰਿਆਂ ਨੇ। ਪਰ ਬਿਮਾਰੀ ਕੋਈ ਨਹੀਂ ਹੈ, ਨਾ ਤੇਲਾ ਹੈ, ਨਾ ਕਿਸੇ ਪ੍ਰਕਾਰ ਦੀ ਟਿੱਡਾ ਸੁੰਡੀ ਕੋਈ ਬਲਾਸਟ ਕਿਸੇ ਪ੍ਰਕਾਰ ਦੀ ਕੋਈ ਨਹੀਂ। ਹਰੀ ਖਲੋਤੀ ਆ ਤਾਂ ਵਧੀਆ, ਤਾਂ ਸਪਰੇ ਕਰਾ ਦਿੰਦੇ ਹਾਂ। ਚਲੋ ਸ਼ੱਕ ਨਿਕਲ ਜਾਂਦਾ ਬੰਦੇ ਦਾ, ਪਰ ਘੈਂਟ ਆ ਮੂੰਜੀ। ਕਿਸੇ ਵੀ ਬੂਟੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਸਾਰੀ ਹਰੀ ਖਲੋਤੀ ਉਸ ਤਰ੍ਹਾਂ ਹੀ, ਕੋਈ ਸੀਟ ਬਲਾਸਟ ਵਗੈਰਾ ਨਹੀਂ ਹੈਗੇ। ਤਾਂ ਇੱਕ ਆਹ ਦੱਸਿਆ ਜੇ ਪੀਅਰ ਦੀ ਵਰਾਇਟੀ ਵਿੱਚ ਆ ਛੋਟੇ ਬੂਟੇ, ਜਿਸ ਤਰ੍ਹਾਂ ਆਹ ਦੇਖੋ ਆਹ ਛੋਟਾ ਬੂਟਾ ਹੋ ਗਿਆ, ਇਹਨੂੰ ਫਲ ਵੀ ਨਹੀਂ ਲੱਗਣਾ, ਇਹ ਇੱਥੇ ਖਤਮ ਹੋ ਗਿਆ, ਦੂਜੇ ਵੱਡੇ ਹੋ ਗਏ। ਤਾਂ ਇਹਦਾ ਦੱਸਿਆ ਜੇ ਕਿਹਦੀ ਕਿਹਦੀ ਪੈਲੀ 'ਚ ਨੇ, ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ। ਮੈਂ ਤਾਂ ਕਈਆਂ ਯਾਰਾਂ ਦੋਸਤਾਂ ਰਿਸ਼ਤੇਦਾਰਾਂ 'ਚੋਂ ਫੋਨ ਆਇਆ ਸੀ ਕਿ ਇਹ ਛੋਟੇ ਬੂਟਿਆਂ ਵਾਲੀ ਬਿਮਾਰੀ ਹੈ, 10% 20% ਕਈਆਂ ਦੀ ਹੈਗੀ ਹੈ। ਤਾਂ ਤੁਸੀਂ ਦੱਸਿਆ ਜੇ ਕਮੈਂਟ ਕਰਕੇ। ਤਾਂ ਕਿਤੇ 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 ਪੈਲੀ 'ਚ ਤਾਂ ਆਪਣਾ ਐਡਰੈਸ ਵੀ ਜ਼ਰੂਰ ਲਿਖਿਆ ਜੇ ਕਿਹੜੇ ਜ਼ਿਲ੍ਹੇ 'ਚੋਂ। ਮੁੰਜੀ ਵੀ ਦੱਸਿਆ ਕਰੋ ਕਿਹੜੀ ਕਿਹੜੀ ਲਾਈਏ। ਮੈਂ ਤਾਂ ਇਸ ਵਾਰ ਪੀਅਰ ਦੀ ਵਰਾਇਟੀ ਜ਼ਿਆਦਾ ਲਾਈਏ, 1509 ਇੱਕ ਕਿੱਲਾ ਹੀ ਲਾਇਆ ਇਸ ਵਾਰ। ਉਹ ਸਵੇਰੇ ਅਸੀਂ ਸਪਰੇਅ ਕਰਾਉਣੀ ਹੈ ਤਾਂ ਵੀਡੀਓ ਬਾਕੀ ਸਵੇਰੇ ਬਣਾਵਾਂਗਾ। ਦਵਾਈਆਂ ਦੱਸਾਂਗਾ ਤੁਹਾਨੂੰ ਕਿਹੜੀਆਂ ਕਿਹੜੀਆਂ ਪਾਈਆਂ ਨੇ। ਸੋ ਤੁਸੀਂ ਵੀ ਦੱਸਿਆ ਜੇ ਕਿਹੜੀਆਂ ਕਿਹੜੀਆਂ ਠੀਕ ਰਹਿੰਦੀਆਂ ਨੇ, ਕਿਉਂਕਿ ਦੁਕਾਨਦਾਰ ਤਾਂ ਇੱਦਾਂ ਹੀ ਹੁੰਦੇ ਨਾ, ਬਣਾਵਾ ਉਹਨਾਂ ਨੂੰ ਵੇਚਣੀਆਂ ਹੁੰਦੀਆਂ ਨੇ। ਮੈਂ ਤੁਹਾਨੂੰ ਦੱਸਾਂਗਾ ਕਿਹੜੀਆਂ ਕਿਹੜੀਆਂ ਦਿੱਤੀਆਂ ਨੇ, ਕੁਛ ਮੈਂ ਆਪਣੀ ਜਾਣਕਾਰੀ ਮੁਤਾਬਿਕ ਲਿਆਵਾਂ ਵੀ ਕਿਹੜੀ ਚੀਜ਼ ਦੀ ਲੋੜ ਹੈ, ਮੈਨੂੰ ਖੁਦ ਨੌਲੇਜ ਹੈ। ਤਾਂ ਕਿਉਂਕਿ ਬਿਮਾਰੀ ਹੈ ਨਹੀਂ, ਮੂੰਜੀ ਨੂੰ ਐਵੇਂ ਕੀ ਫਾਇਦਾ ਮਹਿੰਗੀਆਂ ਦਵਾਈਆਂ ਪਾ ਪਾ ਕੇ। ਸੋ ਸਵੇਰੇ ਮੈਂ ਬਾਕੀ ਵੀਡੀਓ ਬਣਾਵਾਂਗਾ। ਸੋ ਦੂਜਾ ਦਿਨ ਚੜ੍ਹ ਗਿਆ, ਦਵਾਈ ਮੈਂ ਲੈ ਆਇਆ ਸਾਂ, ਤਾਂ ਦਵਾਈ ਤੁਹਾਨੂੰ ਖਾਣਾ। ਇਹਦੇ ਵਿੱਚ ਇੱਕ ਤਾਂ ਆ ਜਾਂਦੀ ਪੋਟਾਸ਼, ਮੈਂ ਦੂਜੀ ਸਕਰੀਨ ਨਾਲ ਦਿਖਾਉਂਦਾ ਹਾਂ। ਇੱਕ ਤਾਂ ਦਵਾਈ ਆ ਜਾਂਦੀ ਪੋਟਾਸ਼, ਇਹਦਾ ਕੰਮ ਹੋਏਗਾ ਦਾਣਾ ਮੋਟਾ ਕਰਨਾ। ਤਾਂ ਤਣਾ ਮੋਟਾ ਕਰਨਾ, ਜਿਵੇਂ ਫਸਲ ਦੇ ਵਿੱਚ ਕੋਈ ਵੀ ਬਿਮਾਰੀ ਤਾਕਤਵਰ ਦੇਣਾ, ਮਤਲਬ ਬਾਅਦ ਆਏਗੀ ਆਪਣੀ। ਇਹਦੇ 'ਚ ਕੁਛ ਸੁੰਡੀ ਦਾ ਵੀ ਹੁੰਦਾ, ਤਾਂ ਜ਼ਿਆਦਾ ਇਹ ਸੀਟ ਬਲਸਟ ਦੀ ਕਰਦੀ, ਜੋ ਪੱਤੇ ਤੁਹਾਡੇ ਲਾਲ ਪਈ ਜਾਂਦੇ ਨੇ, ਤਲੀਆਂ ਦੀਆਂ ਤਲੀਆਂ ਖਰਾਬ ਹੋ ਜਾਂਦੀਆਂ ਨੇ, ਇਹ ਉਸ ਚੀਜ਼ ਦੀ ਦਵਾਈ ਹੈ। ਇਸ ਤੋਂ ਬਾਅਦ ਹੋ ਗਈ ਆਲੀ ਗੂੰਦ, ਦੇਖੋ ਜੀ ਗੂੰਦ ਵੀ 410 ਰੁਪਈਏ ਦੀ ਹੈ। ਜੇ 410 ਦੀ ਹੈ, 300 ਦੀ ਤਾਂ ਲੱਗੀ ਹੋਣੀ ਹੈ, ਅਤੇ 200 ਗ੍ਰਾਮ ਹੈ ਸਾਰੀ। ਦੇਖ ਲਓ ਦਵਾਈਆਂ ਬਣਾਉਣ ਵਾਲਿਆਂ ਦੇ ਕੰਮ ਹੈ। ਇਹ ਕੰਮ ਆਏਗੀ ਵੀ ਜੇ ਬਾਰਿਸ਼ ਹੋ ਜਾਂਦੀ ਹੈ ਤੁਹਾਡੀ ਸਪਰੇ ਕਰਦਿਆਂ ਛੇਤੀ, ਅਤੇ ਇਹ ਪੱਤੇ ਦੇ ਨਾਲ ਦਵਾਈ ਨੂੰ ਚਿਪਕਾ ਦਿੰਦੀ ਹੈ ਵੀ ਤੁਹਾਡੀ ਦਵਾਈ ਵੇਸਟ ਨਹੀਂ ਜਾਂਦੀ। ਤਾਂ ਇਹ ਚੀਜ਼ ਵਾਸਤੇ ਵੇ ਗੂੰਦ। ਸੋ ਆਹ ਦਵਾਈਆਂ ਜਿਹੜੀਆਂ ਨੇ ਹੈ ਤਾਂ ਥੋੜ੍ਹੀਆਂ ਜਿਹੀਆਂ ਨੇ, ਇਹ 1800-1900 ਦੇ ਵਿੱਚ ਪ੍ਰਤੀ ਕਿੱਲੇ ਦੀ ਸਪਰੇ ਹੋਣੀ ਇਹਦੀ। ਇਹਦੇ 'ਚ ਆ ਗਈ ਸੀਟ ਬਲਾਸਟ ਅਤੇ ਸੁੰਡੀ ਦੀ, ਤੇਲੇ ਦੀ, ਕਾਲੇ ਨੀਲੇ ਪੀਲੇ ਹਰੇ ਜੀ ਜਿਹੜਾ ਵੀ ਤੇਲਾ ਹੁੰਦਾ। ਤਾਂ ਇੱਕ ਪੋਟਾਸ਼ ਦੀ ਹੋ ਗਈ ਦਾਣੇ ਨੂੰ ਮੋਟਾ ਕਰਨ ਵਾਸਤੇ, ਚਮਕਦਾਰ ਬਣਾਉਣ ਵਾਸਤੇ। ਤਾਂ ਆਹ ਹੋ ਗਈ ਗੂੰਦ ਦਵਾਈ ਇਹ ਵੇ। ਤਾਂ ਹੁਣ ਸਪਰੇ ਵਾਲਿਆਂ ਨੂੰ ਕਰਤਾ ਫੋਨ, ਉਹ ਲੱਗੇ ਹੁੰਦੇ ਨੇ ਥੋੜ੍ਹੀ ਦੇਰ ਤੱਕ, ਫਿਰ ਤੁਹਾਨੂੰ ਵਹਿੰਦੇ ਹਾਂ ਕਿਵੇਂ ਮਿਲਾਉਂਦੇ ਨੇ। ਬਾਕੀ ਵੀਡੀਓ ਝੋਨੇ 'ਚ ਜਾ ਕੇ ਵਿਖਾਵਾਂਗਾ ਜੀ। ਹਾਂ ਗਰਮੀ ਹੈ ਉਹ ਤੇ ਫਿਰ ਹਾਂ।
ਟੁਰਿਆ ਵੀ ਨਹੀਂ ਜਾਂਦਾ ਫਿਰ ਬੰਦੇ ਤੋਂ। ਪਿਛਲੇ ਸਾਲ ਤੇ ਆਇਆ ਸੀ, ਹਾਂ ਐਤਕਾ ਰੋਕਿਆ ਮੈਂ ਪਾਣੀ। छेडो अज बिल्कुल लिबड़िया पिया है, छेडो है छेडो छेडे ए छेडे क्यों लिबड़िया पिया, लिबड़िया पिया फुल टू फुल। ਮਾਰ ਦਿਆ ਬਾਅਦ ਚ ਉਹਨਾਂ ਨੂੰ, ਐ ਤਲੋ ਦੂਜੀਆਂ ਨੀ ਜਿਹੜੀਆਂ ਕੀ ਹੈ ਗੋ, ਇਹਨੂੰ ਇਹਨੂੰ ਮਾਰ ਦਿਆ। ਹਾਂ ਨਹੀਂ ਇਹਦੇ ਬਿਆਨ ਤੇ ਲੈਣੇ ਪੈਣੇ ਨੇ ਦਵਾਈਆਂ ਸਾਰੀਆਂ, ਦੱਸਦਾ ਹੈ ਜੇ ਅਸਰ ਨਾ ਕੀਤੀ ਫਿਰ ਇਹ ਫੜ ਲੈਣਾ ਇਹਨੂੰ 6 ਮਹੀਨੇ। ਕੱਲ ਕਿਹਦੀ ਕੀਤੀ, ਸਾਹਿਬ ਸਿੰਘ ਦੀ? ਅੱਛਾ ਦੇਗ ਬਣਾਈ ਸੀ। ਅੱਛਾ ਕੀ ਬਿਮਾਰ ਬਿਮੂਰ ਸੀ? ਅੱਛਾ ਪਹਿਲਾਂ ਤਾਂ ਠੀਕ ਸੀ ਹੈ ਨਾ, ਤਾਂ ਠੀਕ ਹੋ ਗਿਆ। ਅੱਛਾ ਅੱਛਾ ਮਿਲਿਆ ਬੜੀ ਮੁਸ਼ਕਿਲ ਵਿਚਾਰੇ ਨੂੰ। ਵੈਸੇ ਅਜੇ ਮੂੰਜੀ ਦਾ ਬਚਾਅ ਸੀ, ਕਿਸੇ ਪ੍ਰਕਾਰ ਦੀ ਕੋਈ ਵੀ ਬਿਮਾਰੀ ਨਹੀਂ ਲੱਗੀ। ਇੱਕ ਤਾਂ ਮੈਂ ਕੈਲਡਨ ਉਹਦੀ ਮਾਰਤੀ ਸੀ ਜਦੋਂ ਸਾਰੇ ਮਾਰਦੇ ਨੇ, ਇੱਕ ਕੈਲਡਨ ਹੁਣ ਮੈਂ ਜਦੋਂ ਪਾਈਪ ਜਿਹਾ ਬਣ ਗਿਆ ਹੈਣ ਮੂੰਜੀ ਨਿਸਰਨ ਦੀ ਕਗਾਰੇ ਸੀ ਉਦੋਂ 5-5 ਕਿਲੋ ਇੱਕ ਇੱਕ ਥੈਲੀ ਕਿੱਲੇ ਦੇ ਹਿਸਾਬ 'ਤੇ ਮਾਰਤੀ, ਕਿਉਂਕਿ ਕਹਿੰਦੇ ਨੇ ਕੈਲਡਨ ਦਾ ਅਸਰ ਰਹਿੰਦਾ ਹੈ 20 ਦਿਨ 25 ਦਿਨ 40 ਦਿਨ ਲਾ ਲਓ, ਤਾਂ ਇੰਨੇ ਚਿਰ 40 ਦਿਨ ਇਹਦਾ ਅਸਰ ਵੀ ਰਹੇਗਾ ਤਾਂ ਤੇਲਾ ਵਗੈਰਾ ਜਾਂ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਸੋ ਤੁਸੀਂ ਵੀ ਕੈਲਡਨ ਇੱਕ ਇੱਕ
थैलीए अगले साल जां इस साल मार के देखो, कई बीमारियां नहीं आउंदियां, पर स्प्रे करनी भी जरूरी सी। तां मुंजी पिछे साढ़े तां मुंजी अजे लै जाना टाइम काफ़ी, तो पीयर की वरायटी है। सो स्प्रे हो गई है, फिर अगली स्प्रे देखांगे जे लोड़ पई तो किवें दी ध्यान रखांगे। सो वीडियो वधिया लगी होई लाइक शेयर कमेंट करके चैनल नूं सबसक्राइब कर दिया जे। धन्यवाद दोस्तों, सत श्री अकाल।